ਜਿੰਦਾਬਾਦ, ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਐਸਸੀ ਐਸਟੀ ਓਬੀਸੀ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਐਸਸੀ ਐਸਟੀ ਓਬੀਸੀ ਸਮਾਜ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਭੀਮ ਜੀ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕੇ, ਭੀਮ ਜੀ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕੇ, ਭਾਰਤ ਦਾ ਸੰਵਿਧਾਨ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ, ਭਾਰਤ ਦਾ ਸੰਵਿਧਾਨ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਅੱਜ ਸਾਨੂੰ ਬਹੁਜਨ ਆਰਗੇਨਾਈਜੇਸ਼ਨ ਦਲਿਤ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਆ, ਲੇਕਿਨ ਉਸ ਸੱਦੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਅਗਰ ਉਹਦਾ ਵਖਿਆਨ ਨਾ ਹੋਵੇ, ਉਹਦਾ ਜਾਣਕਾਰੀ ਨਾ ਹੋਵੇ। 1 ਅਗਸਤ 2024 ਨੂੰ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ, ਜਿਸ ਜੱਜਮੈਂਟ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਸ਼ਡਿਊਲ ਕਾਸਟ ਆ ਅਤੇ ਸ਼ਡਿਊਲ ਟ੍ਰਾਈਬ ਦੀ ਰਿਜ਼ਰਵੇਸ਼ਨ ਨੂੰ ਕੋਈ ਕੋਰਟ ਛੇੜਛਾੜ ਨਹੀਂ ਕਰ ਸਕਦੀ। ਉਸ ਰਿਜ਼ਰਵੇਸ਼ਨ ਦੇ ਵਿੱਚ ਕ੍ਰੀਮੀ ਲੇਅਰ ਦੇ ਨਾਂ 'ਤੇ ਸਮਾਜ ਦੇ ਵਿੱਚ ਇੱਕ ਵਰਗੀਕਰਨ ਕੀਤਾ ਗਿਆ। ਭਾਰਤ ਦੀ ਧਰਤੀ 'ਤੇ ਮਨੁਵਾਦੀ ਲੋਕਾਂ ਨੇ ਪਹਿਲਾਂ ਹੀ 6743 ਜਾਤਾਂ ਵਿੱਚ ਸਮਾਜ ਨੂੰ ਵੰਡਿਆ, ਜਿਹੜੀ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਖਤਰਾ ਆ। ਦੇਸ਼ ਦੇ ਵਿੱਚ ਅੱਜ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਆ, ਉਹਦੇ ਵਿੱਚ ਜਿਸ ਵੀ ਵਰਗ ਦੇ ਜਿਹੜੇ ਹੈਗੇ ਲੋਕ ਸ਼ਡਿਊਲਡ ਕਾਸਟ ਰਿਜ਼ਰਵੇਸ਼ਨ ਦਾ ਲਾਭ ਲੈ ਰਹੇ ਆ, ਉਹਨਾਂ ਨੂੰ ਰਿਜ਼ਰਵੇਸ਼ਨ ਤੋਂ ਵਾਂਝਾ ਕਰਕੇ ਕ੍ਰੀਮੀ ਲੇਅਰ ਦੇ ਨਾਂ 'ਤੇ ਬਾਹਰ ਕੱਢਿਆ ਜਾ ਰਿਹਾ, ਦਾ ਮਿਆਰ ਆ ਉਹ ਗਿਰਾਇਆ ਜਾ ਰਿਹਾ ਆ। ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਆ, ਉਹ ਕੌਨਵੈਂਟ ਸਕੂਲਾਂ ਦੇ ਵਿੱਚ ਪੜ੍ਹਨ ਦੀ ਸਮਰੱਥਾ ਨਹੀਂ ਰੱਖਦੇ, ਅਤੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ ਜਾ ਰਿਹਾ ਆ। ਵਰਗ ਦੇ ਬੱਚੇ ਕੌਨਵੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਆ, ਉਹਨਾਂ ਨੂੰ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ, ਉਹਨਾਂ ਨੂੰ ਕੰਪੀਟੀਟ ਨਹੀਂ ਕਰ ਪਾਉਣਗੇ, ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਹੀਂ ਮਿਲੇਗੀ। ਲੇਕਿਨ ਕ੍ਰੀਮੀ ਲੇਅਰ ਦੇ ਨਾਂ 'ਤੇ ਜਿਹੜੇ ਲੋਕ ਇਸ ਨੂੰ ਕੰਪੀਟੀਟ ਕਰ ਸਕਦੇ ਆ, ਉਹਨਾਂ ਨੂੰ ਕ੍ਰੀਮੀ ਲੇਅਰ ਦੇ ਨਾਂ 'ਤੇ ਬਾਹਰ ਕੱਢਿਆ ਜਾਏਗਾ। ਹਾਂਜੀ, ਜੈ ਭੀਮ ਜੈ ਭਾਰਤ। ਸਭ ਨਾਲ ਪਹਿਲਾਂ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ, ਅਤੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆ ਰਾਖਵਾਂ ਕਰਨ ਦੇ ਲਈ, ਐਸੀ ਸਮਾਜ ਦੇ ਲਈ ਜਿਹੜਾ ਬਾਬਾ ਸਾਹਿਬ ਜੀ ਨੇ ਸਾਡੇ ਲਈ ਸੰਘਰਸ਼ ਕਰਕੇ ਸਾਨੂੰ ਥੋੜ੍ਹੇ ਬਹੁਤੇ ਜਿਹੜੇ ਹੱਕ ਉਹਨਾਂ ਨੇ ਲੈ ਕੇ ਦਿੱਤੇ ਆ, ਉਹ ਜਿਹੜੇ ਹੱਕ ਸਮੇਂ 'ਤੇ ਸਮੇਂ ਦੀਆਂ ਸਰਕਾਰਾਂ ਅਤੇ ਤਾਨਾ ਸ਼ਾਹ ਜਿਹੜੇ ਉਹ ਸਾਡੇ ਕੋਲ ਖੋ ਰਹੇ ਆ, ਜਿਹੜੀ ਬਹੁਤ ਹੀ ਜਿਹੜੀ ਨਿੰਦਣਯੋਗ ਇਹ ਕੰਮ ਆ ਜਿਹੜੀਆਂ ਸਰਕਾਰਾਂ ਚਾਹੇ ਜੱਜ ਸਾਹਿਬ ਨੇ ਕੀਤਾ ਆ, ਅਤੇ ਸਾਡੇ ਸਮਾਜ ਦੇ ਹਾਲੇ ਤੱਕ ਕਿੰਨੇ ਕੁ ਹਾਲਾਤ ਜਿਹੜੇ ਬਦਲੇ ਆ, ਕਿਉਂਕਿ ਜਿਹੜਾ ਸੰਵਿਧਾਨ ਆ ਬਾਬਾ ਸਾਹਿਬ ਨੇ ਲਿਖਿਆ ਆ ਉਹ ਹਾਲੇ ਤੱਕ ਕੋਈ ਵੀ ਸਰਕਾਰ ਨੇ ਜਾਂ ਸੁਪਰੀਮ ਕੋਰਟ ਨੇ ਉਹਨੂੰ ਇਹ ਸਰਕਾਰਾਂ ਨੂੰ ਕਿਹਾ ਹੀ ਨਹੀਂ ਹੈਗਾ ਕਿ ਇਹਨੂੰ ਪੂਰਨ ਤੌਰ 'ਤੇ ਲਾਗੂ ਕਰੋ। ਔਰ ਜੋ ਬਲਕਿ ਜਿਹੜਾ ਸਾਡੇ ਅਧਿਕਾਰ ਆ ਉਹ ਸਰਕਾਰਾਂ ਚਾਹੇ ਜਿਹੜੇ ਆ ਇਹ ਤਾਨਾਸ਼ਾਹ ਲੋਕ ਜਿਹੜੇ ਉਹ ਖੋ ਰਹੇ ਆ, ਉਹਦਾ ਅਸੀਂ ਜਿਹੜਾ ਵਿਰੋਧ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਹਾਂ। ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਗਲਤੀਆਂ ਸਾਰੀਆਂ ਸਾਡੀਆਂ ਹੀ ਆ, ਕਿਉਂਕਿ ਜਿਹੜਾ ਸਾਡਾ ਸਮਾਜ ਆ ਬਿਲਕੁਲ ਸੁੱਤਾ ਪਿਆ, ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਆ ਕਿ ਉਹ ਕਿਸੇ ਦਾ ਰੱਬ ਦਾ ਦਿੱਤਾ ਖਾਂਦੇ ਆ, ਉਹ ਇਹ ਭੁੱਲ ਗਏ ਆ ਕਿ ਸਾਡੇ ਲਈ ਕਿਸੇ ਨੇ ਸੰਘਰਸ਼ ਕੀਤਾ ਸੀ, ਅਤੇ ਸੰਘਰਸ਼ ਕਰਨ ਦੇ ਨਾਲ ਜਿਹੜਾ ਇਹ ਸਾਨੂੰ ਜੋ ਕੁਛ ਵੀ ਮਿਲਿਆ ਉਹ ਮਿਲਿਆ ਆ। ਸਾਡੇ ਸੁੱਤੇ ਸਮਾਜ ਦੀ ਵਧਾ ਦੇ ਨਾਲ ਜਿਹੜਾ ਅੱਜ ਦੇ ਜਿਹੜੇ ਹਾਲਾਤ ਵਾ, ਜਾਂ ਸਰਕਾਰਾਂ ਆ ਜਾਂ ਜੱਜ ਸਾਹਿਬ ਅਦਾਲਤ ਆ ਉਹ ਸਾਡੇ ਖਿਲਾਫ਼ ਫੈਸਲੇ ਜਿਹੜੀਆਂ ਲੈ ਰਹੀਆਂ ਆ, ਉਹਦੇ ਵਿੱਚ ਜਿਹੜੀ ਆ ਸਾਡੀ ਹੀ ਗਲਤੀ ਮੈਂ ਮੰਨਦੀ ਹਾਂ। ਸੁੱਤਾ ਸਮਾਜ ਆ, ਘਰਾਂ ਦੇ ਵਿੱਚ ਸੁੱਤਾ ਪਿਆ ਆ, ਰੱਬ ਦਾ ਨਾਂ ਲੈਂਦੇ ਔਰ ਹੱਕ ਅਧਿਕਾਰ ਨਾਲ ਪੜ੍ਹਦੇ ਆ, ਨਾ ਆਪਣੇ ਬੱਚਿਆਂ ਨੂੰ ਗਾਈਡੈਂਸ ਦੇਣਾ ਚਾਹੁੰਦੇ ਆ ਕਿ ਜਿਹੜੇ ਸਾਨੂੰ ਹੱਕ ਅਧਿਕਾਰ ਮਿਲੇ ਸੀ ਉਹ ਕਿੱਦਾਂ ਮਿਲੇ। ਇਸ ਕਰਕੇ ਜਿਹੜੇ ਆ ਇਹ
ਇਹ ਹੱਕ ਅਧਿਕਾਰ ਜਿਹੜੇ ਸਾਰੇ ਜਾ ਰਹੇ ਆ, ਇਹ ਸਾਰੇ ਸਮਾਜ ਅੱਗੇ ਮੈਂ ਅਪੀਲ ਕਰਦੀ ਹਾਂ, ਜਾਗ ਜਾਓ, ਨਹੀਂ ਤਾਂ ਇੱਕ ਦਿਨ ਤੁਹਾਨੂੰ ਇਹ ਪਛਤਾਉਣਾ ਪੈਣਾ। ਜਿਹੜਾ ਸੰਘਰਸ਼ ਜੇ ਤੁਸੀਂ ਕਰ ਸਕਦੇ ਤੁਸੀਂ ਕਰ ਲਓ, ਜੇ ਤੁਸੀਂ ਨਾ ਕੀਤਾ ਆਉਣ ਵਾਲੇ ਟਾਈਮ 'ਚ ਤੁਹਾਡੇ ਬੱਚਿਆਂ ਨੂੰ ਕਰਨਾ ਪੈਣਾ ਆ। ਜਾਗ ਜਾਓ, ਹਲੇ ਵੀ ਜਾਗਣ ਦਾ ਜਿਹੜਾ ਵੇਲਾ ਆ। ਜੈ ਭੀਮ, ਜੈ ਭਾਰਤ। ਐਸਟੀ ਅਤੇ ਓਬੀਸੀ ਲੋਕਾਂ ਨੇ ਭਾਰਤ ਬੰਦ ਕਾਲ ਦੀ ਕਾਲ ਕੀਤੀ ਆ। ਉਹਦਾ ਕਾਰਨ ਇਸ ਦੇਸ਼ ਦੀ ਸੁਪਰੀਮ ਕੋਰਟ ਨੇ ਜੋ ਸੰਵਿਧਾਨਕ ਫੈਸਲੇ ਦੇ ਸੰਵਿਧਾਨ ਦੇ ਉਲਟ ਜਿਹੜਾ ਫੈਸਲਾ ਦਿੱਤਾ ਆ ਉਹ ਬੜਾ ਮੰਦਭਾਗਾ ਆ। ਇਸ ਰੋਸ ਵਜੋਂ ਜਿਹੜੇ ਦੇਸ਼ ਦੇ ਲੋਕਾਂ ਨੇ ਅੱਜ ਭਾਰਤ ਬੰਦ ਦੀ ਕਾਲ ਕੀਤੀ ਆ, ਔਰ ਅਸੀਂ ਉਸ ਕਾਲ ਦਾ ਹਿੱਸਾ ਬਣ ਕੇ ਅੱਜ ਡਾਕਟਰ ਅੰਬੇਡਕਰ ਦੇ ਬੁੱਤ ਦੇ ਮੂਹਰੇ ਨਵਾਂ ਸ਼ਹਿਰ ਦੇ ਵਿੱਚ ਧਰਨਾ ਲਾ ਕੇ ਬੈਠਾਂਗੇ। ਕੋਰਟ ਦੇ ਜੱਜਾਂ ਨੂੰ ਕਿ ਜੇ ਸਾਡਾ ਬੱਚਾ ਕੋਈ IAS ਅਫਸਰ ਬਣ ਜਾਂਦਾ, ਕੋਈ PCS ਅਫਸਰ ਬਣ ਜਾਂਦਾ, ਕੀ ਤੁਸੀਂ ਉਹਨੂੰ ਇਹ ਉਹਨਾਂ ਸਮਾਜਿਕ ਵਿਤਕਰਾ ਕਰਨਾ ਬੰਦ ਕਰ ਦਿੰਦੇ ਆ? ਕੀ ਤੁਸੀਂ ਉਹਨੂੰ ਆਪਣੇ ਮੰਦਰ ਦਾ ਪੁਜਾਰੀ ਲਾ ਸਕਦੇ ਆ? ਕਿਉਂਕਿ ਇੱਕ ਸ਼ੋਸ਼ਣ ਹੋ ਰਿਹਾ, ਇਹ ਸਮਾਜਿਕ ਵਿਤਕਰਾ ਹੋ ਰਿਹਾ। ਸੋ ਭਾਰਤ ਦੇ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਫੈਸਲਾ ਦਿੰਦੇ ਆ, ਕਿਉਂਕਿ ਉਹ ਜੱਜ ਕਾਬਲੀਅਤ ਨਹੀਂ ਆ ਉਹਨਾਂ ਜੱਜਾਂ ਦੀ, ਉਹ ਇੱਕ ਕਲੋਜੀਅਮ ਸਿਸਟਮ ਬਣਿਆ ਹੋਇਆ। ਉਹ ਕਲੋਜੀਅਮ ਸਿਸਟਮ ਦੇ ਅੰਦਰ ਬਾਹਮਣ ਦਾ ਪੁੱਤ ਬਾਹਮਣ ਜੱਜ ਬਣ ਰਿਹਾ, ਔਰ ਜਿਹੜਾ ਭਾਈ ਭਤੀਜਾਵਾਦ ਆ ਇੱਕੋ ਹੀ ਜਿਹੜੇ ਪਰਿਵਾਰ ਦੇ ਲੋਕ ਆ ਉਹ ਸੁਪਰੀਮ ਕੋਰਟ ਦੇ ਜੱਜ ਬਣ ਕੇ ਬੈਠੇ।